ਬੁੱਲੇ ਸ਼ਾਹ ਨੇ ਆਪਣੀ ਹਾਜ਼ਰੀ ਲਵਾਈ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋਏ ਉਹ ਲਿਖਦਾ ਕਿਤੇ ਤੇਗ ਬਹਾਦਰ ਗਾਜੀ ਹੋ। ਬੁੱਲੇ ਸ਼ਾਹ ਨੇ ਹਾਜ਼ਰੀ ਲਵਾਈ ਜਦੋਂ ਦਸਮ ਪਾਤਸ਼ਾਹ ਨੇ ਸੱਤ ਸਦੀਆਂ ਦੀ ਗੁਲਾਮੀ ਦਾ ਸੰਗਲ ਤੋੜਿਆ। ਉਹ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ। ਉਹ ਬੁੱਲੇ ਸ਼ਾਹ ਜਿਸ ਨੂੰ ਸੱਦਿਆ ਗਿਆ ਕਿ ਪਾਰਟੀ ਹੈ ਘਰ ਆਓ, ਪਾਰਟੀ ਤੇ ਜਦੋਂ ਗਿਆ ਸਾਰਿਆਂ ਨੇ ਪਿਆਲੇ ਫੜੇ ਸਨ। ਜਦੋਂ ਪਿਆਲੇ ਫੜੇ ਹੱਥਾਂ ਵਿੱਚ ਤੇ ਉਹ ਸ਼ਰਾਬੀਆਂ ਤੋਂ ਅੱਗੇ ਨਿਕਲਿਆ ਤੇ ਅੱਗੇ ਇੱਕ ਚਾਦਰ ਖੜੀ ਕਰਕੇ ਉਹਦੇ ਪਿੱਛੇ ਇੱਕ ਬੱਕਰੇ ਨੂੰ ਚੀਰਦੇ ਪਏ ਸੀ। ਉਹ ਬੱਕਰੇ ਨੂੰ ਹਲਾਲ ਕਰਦੇ ਪਏ ਸੀ। ਇੱਕ ਕੋਲ ਖੜਾ ਬੱਕਰਾ ਸਹਿਮਿਆ ਪਿਆ ਸੀ। ਉਹ ਜਿਹੜਾ ਸਹਿਮਿਆ ਹੋਇਆ ਬੱਕਰਾ ਸੀ ਉਹ ਸਮਝ ਰਿਹਾ ਸੀ ਹੁਣ ਮੇਰੀ ਵਾਰੀ, ਇਸ ਤੋਂ ਬਾਅਦ ਹੁਣ ਮੇਰੇ ਤੇ ਛੁਰੀ ਚੜਨੀ ਹੈ। ਤੇ ਉਸ ਸਮੇਂ ਜਿਹੜਾ ਰੱਬ ਦਾ ਬੰਦਾ ਜਿਹਨੇ ਸਮਝ ਲਿਆ ਮੈਂ ਅੱਲਾ ਨੂੰ ਜਾਣ ਦੇਣੀ, ਉਸਨੇ ਆਪਣੀ ਗਵਾਹੀ ਦਰਜੀ ਕੀਤੀ, ਇੱਕ ਨਾ ਦੇ ਮਨ ਖੁਸ਼ੀਆਂ ਗੋਸ਼ਤ ਖਾਂਗੇ, ਇੱਕ ਨਾ ਦੇ ਮਨ ਗਮੀਆਂ ਜਹਾਨੋਂ ਜਾਵਾਂਗੇ, ਉੱਠ ਕੇ ਤੁਰ ਚੱਲ ਬੁੱਲਿਆ ਦੋਵਾਂ ਤੋਂ ਸੱਚੇ ਰਹਾਂਗੇ। ਉਹ ਕਹਿੰਦਾ ਉੱਠ ਕੇ ਤੁਰ ਚੱਲ ਬੱਕਰੇ ਤੋਂ ਵੀ ਸੱਚੇ ਰਹਾਂਗੇ ਤੇ ਇਹ ਵਿਆਹ ਚ ਸੱਦਣ ਵਾਲਿਆਂ ਤੋਂ ਵੀ ਸੱਚੇ ਰਹਾਂਗੇ। ਇਹ ਜਿਹੜੀ ਦਸਮ ਪਾਤਸ਼ਾਹ ਸਾਨੂੰ ਆਪਣੀ ਆਤਮਾ ਦੇ ਗਏ, ਸਾਨੂੰ ਇਹ ਦੱਸ ਗਏ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਉਹ ਆਤਮਾ ਲੀਰੋ ਲੀਰ ਹੋਈ, ਉਹਦੀ ਬੇਦਬੀ ਹੋਈ, ਜਿਹੜਾ ਪੰਥ ਦਿੱਤਾ ਪੰਜ ਪਿਆਰਿਆਂ ਦਾ ਉਹ ਨੌਕਰ ਬਣ ਗਿਆ, ਉਹ ਇੱਕ ਨਿਗੁਰੇ ਬਾਦਲ ਪਰਿਵਾਰ ਦੀਆਂ ਜੁੱਤੀਆਂ ਚੁੱਕਦਾ ਫਿਰਦਾ, ਇੱਕ ਨਿਗੁਰੇ ਪਰਿਵਾਰ ਦੇ ਹੁਕਮ ਦੇ ਹੇਠ ਰਾਮ ਰੀਰ ਵਰਗਿਆਂ ਨੂੰ ਕਲੀਨ ਚਿੱਟ ਦਿੰਦਾ ਫਿਰਦਾ। ਸਾਡਾ ਕਾਲ ਤਖ਼ਤ ਮਿੱਟੀ ਹੋਇਆ ਪਿਆ। ਇਹਨਾਂ ਸੰਸਥਾਵਾਂ ਨੂੰ ਵਿਚਾਰੋ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ, ਵਰਨਾ ਇਹ ਬਾਦਲ ਦੀਆਂ ਖੁਸ਼ੀਆਂ ਇੱਥੇ ਤੁਹਾਡੇ ਸਾਹਮਣੇ ਧਰੀਆਂ ਧਰਾਈਆਂ ਰਹਿ ਜਾਣਗੀਆਂ। ਮੈਨੂੰ ਤਾਂ ਲੱਗਦਾ ਅੱਜ ਹੀ ਉੱਧਰ ਵੈਣ ਪੈਣੇ ਸ਼ੁਰੂ ਹੋ ਜਾਣੇ। ਤੋ ਸਾਧ ਸੰਗਤ ਜੀ, ਮੈਨੂੰ ਅੱਜ ਦੀ ਰੈਲੀ ਬਾਰੇ ਪਤਾ ਨਹੀਂ ਸੀ, ਪਰ ਮੈਂ ਕਿਉਂਕਿ 2 ਮਹੀਨੇ ਪਹਿਲਾਂ ਦਾ ਇੱਕ ਪ੍ਰੋਗਰਾਮ ਦੇ ਚੁੱਕਾ ਸੀ, ਮੈਂ ਚਾਹੁੰਦਾ ਸੀ ਇੱਥੇ ਮੈਂ ਸਭ ਤੋਂ ਲਾਸਟ ਬੋਲਾਂ ਤੇ ਸਾਰੀ ਰੈਲੀ ਦਾ ਜਲਵਾ ਦੇਖ ਕੇ ਜਾਵਾਂ, ਪਰ ਮੇਰੀ ਮਜਬੂਰੀ ਕਰਕੇ ਮੈਂ ਢੀਂਡਸਾ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਪਹਿਲਾਂ ਬੁਲਾ ਲਿਓ, ਉਸ ਤੋਂ ਬਾਅਦ ਮੈਨੂੰ ਜਲਦੀ ਛੁੱਟੀ ਦੇ ਦਿਓ ਤਾਂ ਕਿ ਅੱਗੇ ਮੈਂ ਵਾਅਦਾ ਪੂਰਾ ਕਰ ਸਕਾਂ। ਮੈਂ ਹਮੇਸ਼ਾ ਪੰਥ ਪੱਖੀ ਰਿਹਾ ਹਾਂ, ਪੰਥ ਦਾ ਵਾਰਸ ਹਾਂ, ਪੰਥ ਦਾ ਮੁਲਾਜ਼ਮ ਹਾਂ, ਸੇਵਾਦਾਰ ਹਾਂ, ਪੰਥ ਦਾ ਬਣ ਕੇ ਰਹੂੰਗਾ। ਮੈਂ 20 ਸਾਲ ਤੋਂ ਤੁਹਾਨੂੰ ਦੁਆਈ ਦੇ ਰਿਹਾ, ਇਹ ਬੰਦਾ ਸਿੱਖੀ ਦੇ ਰੁੱਖ ਤੇ ਅਮਰ ਵੇਲੇ ਅਮਰਵਾਲ ਨੂੰ ਕੱਟ ਕੇ ਸੁੱਟ ਦਿਓ, ਨਹੀਂ ਤੇ ਰੁੱਖ ਨੂੰ ਚੂਸ ਜਾਊਗਾ। ਪਰ ਤੁਸੀਂ ਸੋਚਿਆ ਨਹੀਂ, ਤੁਸੀਂ ਨਾਲ ਸਾਥ ਨਹੀਂ ਦਿੱਤਾ। ਪਰ ਮੈਨੂੰ ਅੱਜ ਖੁਸ਼ੀ ਆ ਕਿ ਜਦੋਂ ਦਸਮ ਪਾਤਸ਼ਾਹ ਨੇ ਆਪਣੀ ਆਤਮਾ ਦੀ ਸ਼ਹਾਦਤ ਦਿੱਤੀ ਤਾਂ ਤੁਹਾਡੀ ਅੱਖ ਖੁੱਲ੍ਹੀ, ਤਾਂ ਅਖਲਾਕ ਵਾਲੇ ਗੁਰਸਿੱਖਾਂ ਨੇ, ਢੀਂਡਸਾ ਸਾਹਿਬ ਵਰਗਿਆਂ ਨੇ, ਬ੍ਰਹਮਪੁਰਾ ਸਾਹਿਬ ਵਰਗਿਆਂ ਨੇ ਹਾ ਦਾ ਨਾਰਾ ਮਾਰਿਆ। ਇਸ ਹਾ ਦੇ ਨਾਰੇ ਨੂੰ ਠੰਡਾ ਨਾ ਪੈਣ ਦਿਓ, ਇਹ ਜਿੱਥੇ ਦੇਵੀ ਲਾਲ ਗਿਆ ਉੱਥੇ ਬਾਦਲ ਨੂੰ ਪਹੁੰਚਾ ਦਿਓ। ਇਸ ਖਿੱਤੇ ਵਿੱਚੋਂ ਚੁਟਾਲਾ ਪਰਿਵਾਰ ਤੇ ਦੇਵੀ ਲਾਲ ਪਰਿਵਾਰ ਤੇ ਬਾਦਲ ਪਰਿਵਾਰ ਤੇ ਸੁਖਵੀਰ, ਇਹਨਾਂ ਦਾ ਬਿਸਤਰਾ ਗੋਲ ਕਰਕੇ ਬਾਲਾਸਰ ਭੇਜ ਦਿਓ, ਇਹਦੇ ਵਿੱਚ ਪੰਥ ਦਾ ਭਲਾ ਹੋਊਗਾ। ਇਹ ਠੰਡੇ ਜਿਹੇ ਜਕਾਰੇ ਨਾ ਛੱਡੋ, ਜਕਾਰਾ ਛੱਡੋ, ਕੰਮ ਦਾ ਜਿਹੜਾ ਪੰਡਾਲ ਇੱਕ ਵਾਰੀ ਗੂੰਜ ਉੱਠੇ। ਸੋ ਅਕਾਲਪੁਰ ਸੱਚੇ ਵਾਹਿਗੁਰੂ ਦਾ ਇਹ ਪੰਥ ਹੈ, ਉਹਦੇ ਹੁਕਮ ਨਾਲ ਦਸਮ ਪਾਤਸ਼ਾਹ ਨੇ ਸਾਜਿਆ। ਕਦੀ ਕਵੀਰਾਜ ਨਿਹਾਲ ਸਿੰਘ ਜੀ ਅਰਦਾਸ ਦੇ ਰੂਪ ਇੱਕ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਅਰਪਣ ਕਰਦਿਆ ਕਰਦੇ ਹਨ ਜਾਂ ਗਾਇਆ ਕਰਦੇ ਸਨ, ਚੌਂਕੀਆਂ ਚੱਲ ਰਹੇ ਬੁੰਗੇ ਝੱਲਾ ਚੱਲ ਰਹੇ,
लाखों अहलाद रहे, आप पे प्रसाद रहे, संगतें आबाद रहे, लागते दीवान रहे, गावते सजान रहे, झूलते निशान रहे साचे पातशाह के। ये दसम पातशाह का केसरी निशान नीवा नहीं होना चाहिए। ये केसरी निशान साहब नूं ढा लाउण वाले आत्मा ते गुरु साहब की आत्मा ते शरीर का अपमान करन वाले प्रकाश सिंह बादल नूं उहदा असली घर दिखा दिओ। ये तुहाडी मैं समझदा बहुत वड्डी सेवा होगी खालसा धर्म लई। खालसा धर्म लई अज बादल फिर कहिंदा मैनूं राज दिओ, मैं फिर धर्म चलाऊंगा, हुण मैनूं बाणी नहीं आउंदी। हुण हरसिमरत बीबा नूं उहनां बेनती कीती कि बाणी का प्रचार करो। ये हुण फिर राज मंगदा उही फलूदा खाण वालियां गल्लां करदा जिहड़ा पहलां कौम नूं मरवा के खा चुका। तो हुण मेरी बेनती है कि ये गल्लां च ना आ जाओ। ये कहिंदा राज बिना ना धर्म चले हैं। तो गुरु गोबिंद सिंह जी कहिंदे धर्म हेत गुरदेव पठाए। गुरु साहब धर्म लई पिता वारदे ने ते कहिंदा पहले मैनूं राज दिओ फिर मैं धर्म चलाऊंगा। तुसीं एक वारी इहनूं राज दे दित्ता ते गुरु ग्रंथ साहब नहीं मिलना। ये मेरी बेनती स्वीकार करो। अखां खोल के देखो दसम पातशाह का काली बाग उजड़िया पिया ते गालड़ों दे पटवारी बने फिरदे ने। इहनां नूं पैजो टुट के इस चप्पड़चिड़ी दे मैदान दे विचों वजीर खां नूं खदेड़ के सुट दिओ बाहर। असीं दसम पातशाह का धर्म उजागर करांगे। सब तो पहला अकाल तख्त साहब अते उहदे उत्ते सुशोभित पंथ ते ग्रंथ का सिद्धांत आजाद होगा। उस नूं दुनिया देखूगी कि गुरु हरगोबिंद पातशाह का तख्त किहो जिहा सी, उत्थे फैसले किहो जिहे हुंदे ने। फिर जिहड़ियां जमीनां इहनां ने लीज ते लईआं ने गुरु घर दीआं, उह गल च साफा पा के वापस लवांगे। खालसा जी, मेरे को ज्यादा टाइम नहीं, मैं बड़ा कुछ तुहानूं दसना चाहुंदा सी। बादल ने अपनी मां लई मां दी याद विच बनाया स्कूल, याद मां दी, ट्रस्ट अपने नां दा, पैसा गुरु दी गोलक दा। इत्थे आ मनजीत सिंह जी के बैठा, इहनूं पुछिओ 5 लख 10 लख 8 लख कितना आउंदे रहे प्रबंधक कमेटी चों। इन्हें उदन तो नहीं दसिया, अज भावें दस दे। एक डेली पोस्ट अखबार आ, उसकी बिल्डिंग बनती पई आ इत्थे एयरपोर्ट रोड ते। वो बिल्डिंग निजी सुखबीर बादल दी, पैसा आ रहा गुरु रामदास के खजाने चो, पैसा आ रहा दिल्ली की गोलक चो। ये भी जीके नूं पुछ लियो, ये निजी जायदाद गोलक गुरु रामदास की। वो यार चुप कर जरा जरा 2 मिनट। ये निजी गोलकां जिहड़ियां ने गुरु रामदास जी के नां दी, गुरु रामदास जी के खजाने नूं थुक लाउंदे ने ते किवें लाउंदे ने। एक इत्थे हरियाणा रोड ते शाहबाद मारकंडा 24 एकड़ जमीन गुरु साहब जी की, गुरु की जमीन लई लीज ते बीबी जगीर कौर के साइन नाल बनाई मीरी पीरी अकैडमी बादल ने। ते पिछले साल तक 68 करोड़ कुछ लख रुपया कमेटी का लग चुका जी। उथे पैसा गुरु घर का, अमला फैला गुरु घर का, जमीन गुरु घर दी, पर मालक बादल जमीन लीज ते लैंड करके। इस तरह के धंधे हो रहे हैं। 12 करोड़ का पनाल सुनिया कभी तुसी? इत्थे ही कर गया रैली बादल, इत्थे ही। उत्थे तो 12 बंदे नहीं बैठे 12 करोड़ के पनाल च, 1200 नहीं सी इत्थे। वो जिनी भी गिनती तुसी देखी इत्थे दस्या किन्ने करोड़ का पनाल लगा? अच्छा, रामूवालिया साहब कहिंदे अंब, फिर तुसी की दसोगे? मैं पर रामूवालिया साहब जी की इच्छा पूरी करके मैं माफी चाहूंगा। साध संगत जी, गुरु घर दीआं जमीनां एक्ट कदी इजाजत नहीं दिंदा कि इहनूं वेच दिओ। एक्ट दे विच लिखिआ कि सोना ते जमीन गुरु घर दी उहदे प्रधान ते सकत्तर जनरल हाउस जां एजेक्टर वेच नहीं सकदे, सेवा संभाल कर सकदे ने।
पर ये इस तो पहला मैं तुहानू दसा एक अपना दिल्ली दे विच सुशोभित गुरुद्वारा गुरु गोबिंद सिंह जी महाराज का मोती बाग उहदा रिंग रोड विंगा हो गया पर इट नहीं हटाउण दित्ती किसे ने वाइसराय का घर वड्डा करन लई द्वार तोड़ी 1911 च वाइसराय ने रकाबगंज दी भाई साहब भारण धीर सिंह की अगवाई च जथा गया चार शहीदियां हुई द्वार उत्थे बने अज अज की तरीक दे विच एक कल्ला वाहत ये लीडर आ ये पागलों का सरदार ये फुकरियां का सरदार ये अकाल तख्त संगल मार के अपने मर्जी के खिताब लैन वाला प्रकाश सिंह बादल ये राज दे विच एक प्रधान जड़ा जिदा ना जड़ा मर गया जिदा ना सी मक्कड़ अवतार सिंह मक्कड़ अवतार सिंह मक्कड़ ने जमीन वेची गुरु घर की अंब साहब गुरुद्वारे की प्राइम लोकेशन प्राइम सिटी मोहाली वो मार्केट के मथा वो मक्कड़ ने वेची गौरमेंट नू ते गौरमेंट ने अपने चहेते नू पैसे जेब गर्म करके पैसा हराम खा के उथे माल बनाने की इजाजत दी अज बहु मंजिली इमारत बन चुकी है उथे रंडिया के डांस भी हो गए उथे शराबा भी चलनिया मास भी चलूगा नाल उहदे इतिहासक साडा गुरुद्वारा अंब साहब गुरु हर राय साहब जी के याद विच यह ट्रेलर जा दिता मैं तुहानू सारी दास्तां दसदा रहूंगा हौली हौली तुसीं इंट्रस्ट लैके सुनते रहो हुण मेरी हाथ जोड़ के बेनती है ढींसा साहब ने बड़ी मेहनत करके तुहानू बुलाया तुहाडे चों एक भी सिख नहीं जाना चाहिए अखीर तक जिनी देर तक ढींसा साहब बोल नहीं लेंदे ਇਹ ਤੁਹਾਡਾ ਸਾਡੇ ਤੇ ਪਰਉਪਕਾਰ ਹੋਊਗਾ ਦਸਮ ਪਾਤਸ਼ਾਹ ਦੀਆਂ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਅਸੀਂ ਜਿਸ ਪਾਤਸ਼ਾਹ ਨੇ ਪਿਤਾ ਨੂੰ ਵਾਰਿਆ ਪੁੱਤਰ ਵਾਰੇ ਧਨ ਧਨ ਗੁਰਦੇਵ ਸੁਤ ਤਨ ਕੋ ਲੋਭ ਨਾ ਕੀਨ ਧਰਮ ਹੇਤ ਧਰਮ ਰਾਖ ਕਲ ਸਿਉਂ ਗਏ ਦਾਦੇ ਸਿਉਂ ਜਸਲੀਨ ਗੁਰੂ ਤੇਗ ਬਹਾਦਰ ਕੇ ਪੋਤਰੇ ਗੋਬਿੰਦ ਸਿੰਘ ਕੇ ਪੂਤ ਧਰਮ ਹੇਤ ਸੀਸਨ ਦਇਓ ਪਰਵਲ ਪੰਥ ਪਇਓ ਸੂਤ ਇਹ ਛੋਟੇ ਛੋਟੇ 7 ਤੇ 9 साल के साहबजादे तुहाडी दस्तार रख के गए जिदी वजह नाल तुसी धार्मिक ते पोलिटिकल तौर पर आजाद हो जिदी कौम नाल तुसी खालसा पंथ के वार सिखाउंदे हो जिदी वजह नाल तुसी गुरु खालसा किड्डा महान गुरु साडा जिसने सानू यह रुतबा दिता खालसा मेरो रूप है खास खालसा मैं हूं करूं निवास जब लग खालसा रहे न्यारा तब लग तेज दियो मैं सारा ਇਹ ਰਹਿਤਾਂ ਦੇ ਵਿੱਚ ਰਹਿ ਕੇ ਅਸੀਂ ਦਸਮ ਪਾਤਸ਼ਾਹ ਦੇ ਚਰਨਾਂ ਨੂੰ ਨਮਸਕਾਰ ਕਰੀਏ ਉਹਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਲਾਮ ਕਰੀਏ ਆਪਣਾ ਤਾਕਤ ਇੰਨੀ ਆ ਕਿ ਜਦੋਂ ਦਿਖਾਓਗੇ ਉਦੋਂ ਤੁਹਾਨੂੰ ਪਤਾ ਲੱਗਣਾ ਤੇ ਮੈਂ ਅਖੀਰ ਦੇ ਵਿੱਚ ਤੁਹਾਨੂੰ ਇਹ ਬੇਨਤੀ ਕਰਦਾ ਇਹ ਚੱਪੜਚਿੜੀ ਦਾ ਮੈਦਾਨ ਹੈ ਇੱਥੋਂ ਵਜ਼ੀਰ ਖਾਨ ਬਚ ਕੇ ਨਹੀਂ ਜਾਣਾ ਚਾਹੀਦਾ ਭੁੱਲ ਚੁੱਕ ਲਈ ਖਿਮਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ ਅਸੀਂ ਇਹ ਮਿਸ਼ਨ ਲੈ ਕੇ ਚੱਲੇ ਹਾਂ ਕਿ ਧਰਮੀ ਲੋਕਾਂ ਨੂੰ ਪ੍ਰਬੰਧਕ ਕਮੇਟੀ ਦਾ ਵਾਰਸ ਬਣਾਈਏ ਧਰਮੀ ਲੋਕ ਧਰਮ ਦੀ ਸੇਵਾ ਕਰਨ ਇਹ ਗੁੰਡੇ ਇਹ ਸੁੱਚੇ ਲੰਗਾਹ ਵਰਗੇ ਅਯਾਸ਼ जिन्होंने बाबा बंदा सिंह की बहादुर की वो गढ़ी जिथे 8 महीने भुखा भाणा लड़ता रहा उस गढ़ी अयाशी का अड्डा बनाने वाला सुचा लंगा जिहड़ा बादल का उम्मीदवार से प्रबंधक कमेटी की प्रधानगी लई असी इहो जे महानता नूं बाहर कढ के गुरु का जिहड़ा मिशन है उहनूं प्रफुल्लित करांगे असी गरीब बच्चों नूं सब तो पहला एजुकेशन देवांगे गरीब बीबिया का आसरा बनूगा गुरु घर नेड़े दे गुरुद्वारे चो राशन मिलूगा उन्होंने एक बीमार का इलाज हो गुरु रामदास हॉस्पिटल च एक तुहानू जदों हरिमंदर साहब जाओगे कमरा देवांगे जे मैं अज पुछा हाथ खड़े करके दसोगे किनू कमरा मिलता किसी नू कमरा मिलता हो हाथ खड़े करे नहीं मिलता
ਇਹ ਜੇ ਕਿਤੇ ਸਿਫਾਰਿਸ਼ ਹੋਵੇ ਲੌਂਗੋਵਾਲ ਦੀ ਫਿਰ ਮਿਲ ਜੂ, ਨਹੀਂ ਤਾਂ ਨਹੀਂ ਮਿਲਦਾ। ਪਰ ਇਹ ਕਮਰੇ ਪਿੱਛੇ ਇਹਨਾਂ ਦੇ ਦਰ ਤੇ ਨਾ ਜਾਇਓ, ਦਸਮ ਪਾਤਸ਼ਾਹ ਦਾ ਦਰ ਛੱਡ ਕੇ ਇਹਨਾਂ ਮਸੰਦਾਂ ਦੇ ਦਰ ਤੇ ਨਾ ਜਾਇਓ। ਇਹ ਮੈਂ ਤੁਹਾਨੂੰ ਫਿਰ ਮੈਂ ਤੁਹਾਨੂੰ ਅਪੀਲ ਕਰਦਾ, ਸਦੀਆਂ ਦੇ ਬਾਅਦ ਇਹੋ ਜਿਹਾ ਮਾਹੌਲ ਬਣਦਾ, ਇਹ ਮੈਦਾਨ ਗਰਮਿਆਂ ਤੇ ਚੱਪੜਚਿੜੀ ਦਾ ਮੈਦਾਨ ਬਣ ਚੁੱਕਾ। ਇੱਥੋਂ ਵਜ਼ੀਰ ਖਾਂ ਬਚ ਕੇ ਨਹੀਂ ਜਾਣਾ ਚਾਹੀਦਾ। ਭੁੱਲ ਚੁੱਕ ਲਈ ਖਿਮਾ ਜੀ, ਇੱਕ ਮੇਰੀ ਬੇਨਤੀ, 1 ਤਰੀਕ ਨੂੰ ਅਸੀਂ ਘੱਗਾ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ, ਸਾਰੀਆਂ ਸਮੂਹ ਸੰਗਤਾਂ ਉੱਥੇ ਵੀ ਆਉਣ ਕਰ ਰਹੇ, ਇਸੇ ਕਰਕੇ ਕਿ ਸਾਨੂੰ ਤਾਕਤ ਦਿਓ, ਸਾਡੇ ਪਿੱਛੇ ਦੀਵਾਰ ਬਣ ਕੇ ਖੜੋ, ਅਸੀਂ ਪ੍ਰਬੰਧਕ ਕਮੇਟੀ ਨੂੰ ਹੱਥ 'ਚ ਲੈ ਕੇ ਤੇ ਦਸਮ ਪਾਤਸ਼ਾਹ ਦੇ ਨਿਜ਼ਾਮ ਨੂੰ ਲਾਗੂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ। ਸੋ ਮੇਰੀ ਬੇਨਤੀ ਹੈ, ਹੁਣ ਸਾਰੀ ਸੰਗਤ ਨੂੰ ਜੀਓ ਆਇਆ ਕਹਿਣਗੇ, ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਕਿਰਪਾ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਖੇਚਣ ਕਰੋ। ਬੋਲੇ ਸੋ ਨਿਹਾਲ ਸਾਹਿਬ ਪਰਮਿੰਦਰ ਸਿੰਘ ਜੀ ਢੀਂਡਸਾ। ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ। ਬੋਲੇ ਸੋ ਨਿਹਾਲ। ਬਹੁਤ ਹੀ ਆਦਰ ਤੇ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ, ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ, ਸਰਦਾਰ ਮਨਜੀਤ ਸਿੰਘ ਜੀ ਜੀਕੇ ਅਤੇ ਸਰਦਾਰ ਰਵਿੰਦਰ ਸਿੰਘ ਜੀ ਜਿਹੜੇ ਹੁਣੀ ਪਹੁੰਚੇ ਹੈ ਅਤੇ ਹੋਰ ਸਮੂਹ ਸੰਗਤਾਂ, ਸਰਦਾਰ ਵੀਰ ਦਵਿੰਦਰ ਸਿੰਘ ਜੀ ਰਾਮੂਵਾਲੀਆ ਸਾਹਿਬ ਅਤੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਬਜ਼ੁਰਗ ਅਤੇ ਨੌਜਵਾਨ ਸਾਥੀ, ਮੇਰੀਆਂ ਮਾਤਾਵਾਂ ਭੈਣਾਂ, ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤ ਦਾ ਤੁਹਾਡਾ ਇੱਥੇ ਆਉਣ 'ਤੇ ਧੰਨਵਾਦ ਵੀ ਆਖਦਾ, ਤੁਹਾਨੂੰ ਜੀਆਂ ਆ ਵੀ ਆਖਦਾ, ਜੋ ਤੁਸੀਂ ਸਾਡੇ ਪ੍ਰਤੀ ਇਹ ਪਿਆਰ ਅਤੇ ਸਤਿਕਾਰ ਦਾ ਸਬੂਤ ਦਿੱਤਾ ਇੱਥੇ ਪਹੁੰਚ ਕੇ ਇਸ ਪਦ ਤੱਕ ਇਕੱਠ ਦੇ ਵਿੱਚ। ਤੁਸੀਂ 4 ਚੰਨ ਲਾਏ ਨੇ, ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਰਿਣੀ ਹਾਂ। ਮੈਂ ਕਹਿ ਸਕਦਾ ਮਾਣ ਨਾਲ ਵੀ ਤੁਸੀਂ ਹਮੇਸ਼ਾ ਸੰਗਤ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਅੱਜ ਉਸ ਤੋਂ ਵੀ ਵੱਧ ਸਾਡਾ ਮਾਣ ਵਧਾਤਾ, ਜਦ ਇਸ ਪੰਥਕ ਇਕੱਠ ਦੇ ਵਿੱਚ ਜਿਹਦਾ ਮੁੱਖ ਮਕਸਦ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਜਿਸਦਾ ਮਕਸਦ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸਿਧਾਂਤ ਨੇ, ਵਿਚਾਰਧਾਰਾ ਹੈ, ਸੋਚ ਹੈ, ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਉਹਨਾਂ 'ਤੇ ਪਹਿਰਾ ਦੇਣ ਲਈ ਅੱਜ ਤੁਹਈਆ ਕਰਨਾ। ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਦੇ ਵਿੱਚ ਜੋ ਨਿਗਾਰ ਆਇਆ, ਜੋ ਕਮੀਆਂ ਪੈਦਾ ਹੋਈਆਂ, ਜੋ ਗਲਤੀਆਂ ਹੋਈਆਂ, ਗਲਤ ਫੈਸਲੇ ਹੋਏ, ਅੱਜ ਉਹਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ 'ਤੇ ਆ ਗਿਆ। ਲੋਕਾਂ ਦਾ ਵਿਸ਼ਵਾਸ, ਸਿੱਖ ਕੌਮ ਦਾ ਵਿਸ਼ਵਾਸ ਟੁੱਟ ਚੁੱਕਿਆ ਅਤੇ ਅੱਜ ਜੋ ਸਾਡੇ ਆਗੂ ਸਾਹਿਬਾਨਾਂ ਨੇ ਇੱਕ ਤੁਹਈਆ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਸਿਧਾਂਤਕ ਲੀਹਾਂ 'ਤੇ ਤੋਰਨ ਦਾ, ਜਿਹਦੇ ਵਾਸਤੇ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਸਾਡੇ ਆਗੂਆਂ ਨੇ ਸ਼ਹਾਦਤਾਂ ਦਿੱਤੀਆਂ। ਅੱਜ ਮੈਂ ਦੱਸਣਾ ਚਾਹੁੰਦਾ ਹਾਂ, ਜੋ ਅੱਜ ਨਨਕਾਣਾ ਸਾਹਿਬ ਦਾ ਮੋਰਚਾ ਸੀ, ਅੱਜ ਉਹ ਦਿਨ ਹੈ ਜਿਸ ਦਿਨ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਅੱਜ ਵੀ ਉਹੀ ਜੀ ਸੋਚ ਲੈ ਕੇ ਆਪਾਂ ਨੂੰ ਚੱਲਣਾ ਪਊਗਾ। ਜਿੱਥੇ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਦੇ ਹਾਂ, ਮੈਂ ਸਮਝਦਾ ਅੱਜ ਓਡੀ ਵੱਡੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਹੈ। ਸ਼੍ਰੋਮਣੀ ਅਕਾਲੀ ਦਲ ਸਿਰਫ ਕੋਈ ਪਾਰਟੀ ਨਹੀਂ ਵੀ ਜਿਹਦਾ ਸ਼੍ਰੋਮਣੀ ਅਕਾਲੀ ਦਲ ਰਜਿਸਟਰ ਕਰਾ ਕੇ ਆਪਦਾ ਨਾਂ ਲਿਖਿਆ ਵੀ ਇਹ ਸਾਡੀ ਜਾਇਦਾਦ ਹੈ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਸੋਚ ਹੈ, ਲੋਕਾਂ ਦੀ ਵਿਚਾਰਧਾਰਾ ਹੈ, ਲੋਕਾਂ ਦੇ ਮਨ ਦੀ ਭਾਵਨਾ ਹੈ। ਕੋਈ ਸ਼੍ਰੋਮਣੀ ਅਕਾਲੀ ਦਲ ਚੋਂ
ਰੋਮਣੀ ਅਕਾਲੀ ਦਲ ਚੋਂ ਕਿਸੇ ਨੂੰ ਕੱਢ ਕੇ ਉਹਦੇ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਨਹੀਂ ਕੱਢ ਸਕਦੇ। ਮੈਂ ਇੱਕ ਬੇਨਤੀ ਕਰਾਂਗਾ, ਹੁਣ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ, ਹੁਣ ਉਹ ਬਾਦਲ ਦਲ ਬਣ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਤਾਂ ਅੱਜ ਤੁਹਾਡੇ ਵਰਗੇ ਸੰਗਤ ਜਿਹੜੀ ਅੱਜ ਉਸ ਭਾਵਨਾ ਨਾਲ ਆਈ ਹੈ ਕੌਮ ਦੀ, ਉਹਨਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਨੁਮਾਇੰਦੇ। ਸਾਨੂੰ ਕਹਿੰਦੇ ਹੈ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਿਆ। ਜੇ ਇੱਕ ਵਿਅਕਤੀ ਦੇ ਖਿਲਾਫ ਬੋਲਣਾ ਪਿੱਠ ਛੁਰਾ ਮਾਰਨਾ ਹੈ ਤਾਂ ਫਿਰ ਅਸੀਂ ਜ਼ਰੂਰ ਛੁਰਾ ਮਾਰਿਆ। ਜੇ ਉਹਨਾਂ ਦੇ ਗਲਤ ਫੈਸਲਿਆਂ ਦੇ ਖਿਲਾਫ ਬੋਲਣਾ ਛੁਰਾ ਮਾਰਨਾ ਤਾਂ ਫਿਰ ਅਸੀਂ ਛੁਰਾ ਜ਼ਰੂਰ ਮਾਰਿਆ। ਪਰ ਉਹਨਾਂ ਨੂੰ ਕੌਣ ਪੁੱਛੂਗਾ ਜਿਨ੍ਹਾਂ ਨੇ ਸਾਰੀ ਕੌਮ ਨੂੰ ਦਾਤੇ ਲਾਤਾ, ਜਿਨ੍ਹਾਂ ਦੇ ਫੈਸਲਿਆਂ ਨੇ ਅੱਜ ਇਹ ਹਾਲਤ ਕਰਤੀ, ਉਹਨਾਂ ਦੇ ਖਿਲਾਫ ਕਾਰਵਾਈ ਕੌਣ ਕਰੂ? ਅੱਜ ਕਹਿੰਦੇ ਜੀ ਕਾਂਗਰਸ ਦੀ ਰੈਲੀ ਹੈ, ਕਿਉਂ? ਘਬਰਾਹਟ ਦਾ ਨਿਸ਼ਾਨੀ ਹੈ ਉਹਨਾਂ ਦੀ, ਬਖਲਾਏ ਹੋਏ ਨੇ। ਬੁਲਾਹਗੜ ਦੇ ਵਿੱਚ ਆਪਦੇ ਚਾਪਲੂਸਾਂ ਨੂੰ ਅੱਗੇ ਲਾ ਕੇ ਕਹਿਤਾ, ਕਹਿੰਦੇ ਤੁਸੀਂ ਜਾਓ ਤੇ ਲੋਕਾਂ ਨੂੰ ਗੁੰਮਰਾਹ ਕਰੋ। ਕਦੇ ਕਹਿੰਦੇ ਨੇ ਜੀ ਕੋਈ ਸਾਡਾ ਲੀਡਰ ਛੱਡ ਰਿਹਾ ਟਕਸਾਲੀ ਦਲ ਦਾ, ਕਿਉਂ? ਉਹ ਭੁਲੇਖੇ ਪਾਉਣਾ ਚਾਹੁੰਦੇ ਨੇ। ਉਹ ਸਮਝਦੇ ਨੇ ਵੀ ਜਿਹਨੂੰ ਸਰਟੀਫਿਕੇਟ ਦਿੱਤਾ ਉਹ ਅਕਾਲੀ ਤੇ ਜੀਤੋ ਖੋਲਿਆ ਉਹ ਪੰਥ ਵਿਰੋਧੀ। ਆਹ ਚਾਰ ਦਿਨ ਪਹਿਲਾਂ ਬੋਨੀ ਅਜਨਾਲਾ ਪੰਥ ਵਿਰੋਧੀ ਸੀ ਤੇ ਅੱਜ ਉਹ ਪੰਥਕ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ। ਇਹ ਹੈ ਸ਼੍ਰੋਮਣੀ ਅਕਾਲੀ ਦਲ। ਇਸ ਲਈ ਲੋਕਾਂ ਨੂੰ ਸਭ ਪਤਾ ਹੈ, ਬੱਚੇ ਬੱਚੇ ਨੂੰ ਪਤਾ ਹੈ ਵੀ ਕਾਂਗਰਸ ਦੇ ਨਾਲ ਕੌਣ ਰਲਿਆ ਹੋਇਆ। ਕਿ ਜਿਹੜੇ ਕੇਸ ਸੀ, ਚਾਹੇ ਬਰਗਾੜੀ ਦਾ ਚਾਹੇ ਬਹਿਬਲ ਕਲਾਂ ਦਾ, ਉਹ ਠੱਪ ਅਸੀਂ ਕਰਵਾਇਆ? ਕਾਂਗਰਸ ਨੇ ਕਿਹਦੇ ਕਹਿਣ 'ਤੇ ਠੱਪ ਕੀਤੇ ਕੇਸ ਇਹ? ਫਿਰ ਇਰੀਗੇਸ਼ਨ ਸਕੈਮ ਹੋਇਆ, ਹੋਰ ਕਿੱਡੇ ਵੱਡੇ ਨਸ਼ਿਆਂ ਦੀ ਇਨਕੁਆਇਰੀ ਸੀ, ਉਹ ਸਾਰੀਆਂ ਠੱਪ ਹੋ ਗਈਆਂ। ਕਿਹਦੇ ਕਹਿਣ ਤੋਂ ਹੋਈਆਂ? ਕੀ ਪੰਜਾਬ ਦੇ ਲੋਕ ਜਾਣਦੇ ਨਹੀਂ ਕੌਣ ਕਰਾਉਂਦਾ, ਕੌਣ ਰਲਿਆ ਹੋਇਆ? ਦੋਨੇ ਪਰਿਵਾਰ ਜਿਨ੍ਹਾਂ ਨੇ 25 ਸਾਲ ਪੰਜਾਬ 'ਤੇ ਰਾਜ ਕੀਤਾ, 25 ਸਾਲ ਆਪਸ ਵਿੱਚ ਇੱਕ ਦੂਜੇ ਦੀ ਪਿੱਠ ਠੋਕਦੇ ਨੇ। ਪਾਰਟੀਆਂ ਨੂੰ ਕਿਹੜਾ ਪੁੱਛਦਾ ਜਦ ਦੋ ਪਰਿਵਾਰ ਜਿਨ੍ਹਾਂ ਦੀ ਅਗਵਾਈ ਹੈ, ਜਦ ਉਹਨਾਂ ਦੀ ਚੱਲਦੀ ਹੈ? ਪੁੱਛ ਲਓ ਅੱਜ ਕਾਂਗਰਸ ਦੇ ਕਿਸੇ ਮੰਤਰੀ ਤੋਂ ਚੱਲਦੀ ਹੈ ਕਿਸੇ ਦੀ? ਅਕਾਲੀ ਦਲ ਦੇ ਜਿਹੜੇ ਮੰਤਰੀ ਰਹਿ ਚੁੱਕੇ ਉਹਨਾਂ ਤੋਂ ਪੁੱਛ ਲਓ ਕਿੰਨੀ ਕੁ ਚੱਲਦੀ ਸੀ ਉਹਨਾਂ ਦੀ। ਉਹ ਸਿਰਫ ਆਪਦਾ ਇੱਕ ਦੂਜੇ ਦਾ ਫਾਇਦਾ ਕਰਨ ਲਈ ਉਹਨਾਂ ਨੂੰ ਹੈ ਵੀ ਲੋਕਾਂ ਦੇ ਮਨ 'ਚ ਭੁਲੇਖੇ ਪਾ ਦਿਓ, ਜਿਹਨੂੰ ਮਰਜ਼ੀ ਤੁਸੀਂ ਪੰਥਕ ਕਹਿ ਦਿਓ, ਜਿਹਨੂੰ ਮਰਜ਼ੀ ਪੰਥ ਵਿਰੋਧੀ ਕਹਿ ਦਿਓ। ਅੱਜ ਦਾ ਇਹ ਇਕੱਠ ਦਾ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਇਹਨਾਂ ਨੂੰ ਇੱਕ ਪਰਿਵਾਰ ਦੇ ਗਲਬੇ 'ਚੋਂ ਬਾਹਰ ਕੱਢਣਾ। ਇਹਨਾਂ ਦੀ ਜ਼ਿੰਮੇਵਾਰੀ ਸੰਗਤਾਂ ਦੇ ਹੱਥ 'ਚ ਦੇਣਾ, ਸਾਨੂੰ ਕਿਸੇ ਨੂੰ ਇੱਥੇ ਕੋਈ ਲੋੜ ਨਹੀਂ ਜ਼ਿੰਮੇਵਾਰੀ ਦੀ, ਇਹ ਸੰਗਤਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਲੋਕ ਫੈਸਲਾ ਕਰਨ ਵੀ ਕੌਣ ਜਿਹੜਾ ਹੈ ਸਹੀ ਪੰਥ ਦੀ, ਸਹੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦਾ ਹੈ। ਇਹ ਸਾਡਾ ਨਿਸ਼ਾਨਾ ਜਿੱਥੇ ਇਹਨਾਂ ਸੰਸਥਾਵਾਂ ਦੇ ਵਿੱਚ ਚੰਗੇ ਲੋਕਾਂ ਨੂੰ ਲਿਆਉਣਾ। ਅੱਜ ਸ਼੍ਰੋਮਣੀ ਕਮੇਟੀ ਨੂੰ ਲੋੜ ਹੈ ਐਸੇ ਲੋਕ ਜਿਹੜੇ ਸੱਚੀ ਅਤੇ ਸੇਵਾ ਭਾਵਨਾ ਰੱਖਦੇ ਹੋਣ ਧਰਮ ਪ੍ਰਤੀ, ਜਿਨ੍ਹਾਂ ਦਾ ਸਿਰਫ ਅਤੇ ਇੱਕ ਮਕਸਦ ਧਰਮ ਦੀ ਪ੍ਰਫੁੱਲਤਾ ਹੋਵੇ, ਉਹ ਲੋਕ ਸ਼੍ਰੋਮਣੀ ਕਮੇਟੀ ਦੇ ਵਿੱਚ ਅੱਗੇ ਆਉਣੇ ਚਾਹੀਦੇ ਨੇ। ਇਹ ਫੈਸਲਾ ਸੰਗਤ ਨੇ ਕਰਨਾ। ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੁਆਰੇ ਬਹਾਲ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਤੋਂ ਹੋਰ ਕੋਈ ਉੱਚੀ ਸੰਸਥਾ ਨਹੀਂ। ਜੇ ਅਸੀਂ ਇਹ ਫੈਸਲੇ ਕਰਨੇ, ਸੱਤਾ ਬਥੇਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਉਹਦੀ ਸਾਨੂੰ ਕੋਈ ਪਰਵਾਹ ਨਹੀਂ। ਸਰਕਾਰ ਬਣੇ ਨਾ ਬਣੇ, ਕੁਛ ਹੋਵੇ ਨਾ ਹੋਵੇ, ਪਰ ਸਾਡੀਆਂ ਜੋ ਸਰਮੌਰ ਸੰਸਥਾਵਾਂ ਸਿੱਖ ਪੰਥ ਦੀਆਂ, ਕੌਮ ਦੀਆਂ, ਉਹਨਾਂ ਨੂੰ ਬਚਾਉਣ ਦੀ ਘੱਟੋ ਘੱਟ ਸਾਡੀ ਜ਼ਰੂਰ ਡਿਊਟੀ ਬਣਦੀ ਹੈ। ਅਤੇ ਗੱਲ ਕਰਦੇ ਨੇ ਅੱਜ ਪ੍ਰਧਾਨ ਸਾਹਿਬ ਐਸ ਜੀ ਪੀ ਸੀ ਦੇ, 2 ਮਹੀਨੇ ਹੋ ਗਏ ਸੰਗਰੂਰ ਜ਼ਿਲ੍ਹੇ 'ਚ ਬੈਠੇ ਨੂੰ। ਜ਼ਿੰਮੇਵਾਰੀ ਤਾਂ ਕੌਮ ਦੀ ਲਾਈ ਹੈ ਵੀ ਸਾਰੇ ਦੁਨੀਆ ਵਿੱਚ ਸਿੱਖੀ ਦਾ ਪ੍ਰਚਾਰ ਕਰੋ, ਪਰ ਸੰਗਰੂਰ ਦੇ ਵਿੱਚ ਜਿਹੜਾ ਹੈ ਬਾਦਲ ਪਰਿਵਾਰ ਦੀ ਸੇਵਾ ਕਰਦੇ ਫਿਰਦੇ ਆ, ਉਹਨਾਂ ਦਾ ਜੋ ਸਿਆਸੀ ਜੋ ਉਹਨਾਂ ਦੇ ਅੱਜ ਖਤਰਾ ਮੰਡਰਾਇਆ ਉਹਦੇ ਖਿਲਾਫ ਲੜਦੇ ਫਿਰਦੇ ਆ, ਧਰਮ ਪ੍ਰਚਾਰ ਭੁੱਲੇ ਬੈਠੇ ਆ। ਕਹਿੰਦੇ ਪਾਰਦਰਸ਼ਤਾ ਬਹੁਤ ਹੈ ਸਾਡੇ 'ਚ। ਮੈਂ ਇੱਕ ਦੱਸਦਾ, ਆ ਰਾਮਪਾਲ ਸਿੰਘ ਜੀ ਬਹਿਣੀਵਾਲ ਬੈਠੇ ਆ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਇਹਨਾਂ ਤੋਂ ਪੁੱਛ ਲਿਓ
ਅਸੀਂ ਮੈਂ ਕਿਹਾ ਰਾਮ ਬੈਨੀਵਾਲ ਸਾਹਿਬ ਆਹ ਪਿਛਲੇ 2 ਮਹੀਨਿਆਂ 'ਚ ਜਿਹੜੇ ਪੈਸੇ ਧਰਮ ਪ੍ਰਚਾਰ ਫੰਡ 'ਚੋਂ ਅਤੇ ਧਰਮ ਅਰਥ ਫੰਡ 'ਚੋਂ ਜਿਹੜੇ ਪੰਜਾਬ ਦੇ ਵਿੱਚ ਵੰਡੇ ਗਏ ਆ ਉਹਨਾਂ ਦੀ ਮਾੜੀ ਜਿਹੀ ਜਾਣਕਾਰੀ ਲੈ ਲਓ ਵੀ ਕਿੱਥੇ ਕਿੱਥੇ ਵੰਡੇ ਆ ਪਿਛਲੇ 2 ਮਹੀਨਿਆਂ 'ਚ। ਇਹ ਚਲੇ ਗਏ ਇਹਨਾਂ ਨੂੰ SGPC ਦੇ ਮੁਲਾਜ਼ਮ ਕਹਿੰਦੇ ਜੀ ਸਾਡੀ ਤੁਸੀਂ ਜਾਨ ਬਚਾਓ, ਅਸੀਂ ਤੁਹਾਨੂੰ ਇਹ ਇਨਫੋਰਮੇਸ਼ਨ ਨਹੀਂ ਦੇ ਸਕਦੇ। ਹੁਣ ਜੇ 2 ਮਹੀਨਿਆਂ ਦੀ 2 ਫੰਡਾਂ ਦੀ ਜਾਣਕਾਰੀ ਤਾਂ SGPC ਦੇਣ ਨੂੰ ਰਾਜ਼ੀ ਨਹੀਂ, ਉਹ ਵੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੂੰ, ਲੋਕ ਕਿੱਥੋਂ ਜਾ ਕੇ ਜਾਣਕਾਰੀ ਲੈ ਲੈਣਗੇ। ਅੱਜ ਗੱਲਾਂ ਬਹੁਤ ਕਰਦੇ ਹੈ, ਇਸ ਲਈ ਤੁਹਾਨੂੰ ਬੇਨਤੀ ਕਰਦਾ, ਇੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੇਨਤੀ ਕਰਕੇ ਇੱਥੇ ਕਹਿ ਕੇ ਗਏ ਸੀ, ਕਹਿੰਦੇ ਜਦ ਮਰਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾ ਲਓ। ਮੈਨੂੰ ਬੜੀ ਖੁਸ਼ੀ ਹੈ ਵੀ ਉਹਨਾਂ ਨੇ ਗੱਲ ਕਹੀ, ਪਰ ਸਰਕਾਰ ਕੇਂਦਰ 'ਚ ਉਹ ਹਿੱਸੇਦਾਰ ਚੋਣਾਂ ਉਹ ਰੁਕਵਾ ਰਹੇ ਨੇ, ਤਾਂ ਫਿਰ ਜੇ ਉਹਨਾਂ ਨੂੰ ਇਹ ਗੱਲ ਜਿਹੜੀ ਕਹਿ ਕੇ ਗਏ ਨੇ ਜੇ ਉਹ 'ਤੇ ਪਹਿਰਾ ਦੇਣਾ ਤਾਂ ਪਹਿਲਾਂ ਤਾਂ ਅੱਜ 9 ਸਾਲ ਹੋ ਗਏ SGPC ਚੋਣ ਹੋਏ ਨੂੰ, ਪਹਿਲਾਂ ਤਾਂ ਅਕਾਲੀ ਦਲ ਦੇ ਵਿੱਚ ਮਤਾਂ ਪਾਉਣ ਵੀ ਅਸੀਂ ਚੋਣਾਂ ਕਰਾਉਣੀਆਂ ਚਾਹੁੰਦੇ ਹਾਂ, ਦਿੱਲੀ ਆਪਣੇ ਸਾਥੀ ਜਿਹੜੇ ਇਹਨਾਂ ਦੇ ਨੇ ਉਹਨਾਂ ਨੂੰ ਜਾ ਕੇ ਦੇ ਕੇ ਆਉਣ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਕਰਾ ਜਾਵੇ। ਇਕੱਲੀਆਂ ਗੱਲਾਂ ਸਟੇਜਾਂ 'ਤੇ ਕਹਿਣ ਨਾਲ ਨਹੀਂ, ਕਹਿਣਾ ਕੁਛ ਅਤੇ ਕਰਨਾ ਕੁਛ, ਇਹ ਲੋਕ ਅੱਜ ਸਾਰੇ ਜਾਣਦੇ ਆ। ਇੱਕ ਮੈਂ ਹੋਰ ਬੇਨਤੀ ਕਰਦਾ, ਇੱਥੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਢੀਂਡਸਾ ਸਾਹਿਬ ਦੀ ਅਤੇ ਪਰਿਵਾਰ ਦੀ ਭੋਗ ਅਤੇ ਅੰਤਿਮ ਅਰਦਾਸ ਅੱਜ ਮੈਂ ਪੜ੍ਹ ਕੇ ਚੱਲੇ ਹਾਂ। ਇਹ ਮੈਂ ਇੱਕ ਬੇਨਤੀ ਕਰਦਾ, ਇਹ ਗੱਲਾਂ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਸਿਰਫ ਇੱਕ ਵਿਅਕਤੀ ਦੀ ਸੋਚ ਜ਼ਾਹਰ ਕਰਦੀਆਂ ਨੇ। ਉਹ ਜੋ ਕਿਸੇ ਦੀ ਵੀ ਅੰਤਿਮ ਅਰਦਾਸ ਪੜ੍ਹੀ ਜਾਣੀ ਹੈ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੈ, ਪਰ ਇੱਕ ਸਿੱਖੀ ਦਾ ਸਿਧਾਂਤ ਹੈ ਸਰਬੱਤ ਦਾ ਭਲਾ। ਅਸੀਂ ਆਪਦੇ ਵਿਰੋਧੀ ਦਾ ਵੀ ਦੁਸ਼ਮਣ ਦਾ ਵੀ ਭਲਾ ਮੰਗਦੇ ਹਾਂ, ਇਹ ਸਾਡੇ ਗੁਰੂ ਸਾਹਿਬਾਨ ਸਾਨੂੰ ਕਹਿ ਗਏ। ਅਤੇ ਦੱਸੋ ਅਸੀਂ, ਮੈਂ ਅੱਜ ਇੱਥੇ ਕਹਿਣਾ, ਅੱਜ ਵੀ ਸਾਡੀ ਇਹੀ ਅਰਦਾਸ ਹੈ, ਇਹੀ ਕਾਮਨਾ ਹੈ ਕਿ ਅਕਾਲ ਪੁਰਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੰਮੀ ਉਮਰ ਦੇਵੇ, ਪਰ ਉਹ ਦੇਖਣ ਵੀ ਕੀ ਕੁਛ ਸ਼੍ਰੋਮਣੀ ਅਕਾਲੀ ਦਲ ਦਾ ਬਣਦਾ, ਕੀ ਲੋਕ ਪੰਜਾਬ ਦੇ ਫੈਸਲਾ ਕਰਨਗੇ, ਕਿੱਥੇ ਸ਼੍ਰੋਮਣੀ ਅਕਾਲੀ ਦਲ ਅੱਜ ਖੜ੍ਹਾ। ਇਹ ਜਿਹੜਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਨੇ ਕਰਨੀ ਹੈ। ਇਸ ਲਈ ਮੈਂ ਇੱਕ ਆਖਰੀ ਚੀਜ਼, ਇੱਥੇ ਬੈਠੀ ਸੰਗਤ ਨੂੰ ਵੀ ਅਤੇ ਹੋਰ ਪੰਜਾਬ ਦੇ ਵਿੱਚ ਜਿਹੜੀ ਸੰਗਤ ਸਾਨੂੰ ਦੇਖ ਰਹੀ ਹੈ, ਮੈਂ ਮਹਿਸੂਸ ਕਰਦਾ ਕਿ ਸਾਡੇ ਤੋਂ ਵੀ ਗਲਤੀਆਂ ਹੋਈਆਂ, ਅਤੇ ਸਭ ਤੋਂ ਵੱਡੀ ਗਲਤੀ ਕਿ ਅਸੀਂ ਜਿਹੜਾ ਫੈਸਲਾ ਲਿਆ ਉਹ ਸਾਨੂੰ ਪਹਿਲਾਂ ਲੈਣਾ ਚਾਹੀਦਾ ਸੀ। ਸੋ ਤੁਹਾਡੇ ਸਾਰਿਆਂ ਤੋਂ ਮੈਂ ਸਮੂਹ ਸਿੱਖ ਸੰਗਤ ਤੋਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਕਿ ਜਿਹੜੀ ਸਾਡੇ ਤੋਂ ਗਲਤੀ ਹੋਈ ਹੈ ਉਹਦੇ ਲਈ ਅਸੀਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਮਾਫ਼ੀ ਮੰਗਦੇ ਹਾਂ। ਅਤੇ ਜਿੱਥੇ ਵੀ ਸਿੱਖ ਕੌਮ ਸਾਡੀ ਡਿਊਟੀ ਲਾਊਗੀ, ਅਸੀਂ ਕੂਕਰ ਬਣ ਕੇ ਕੋਈ ਅਹੁਦੇ ਵਾਸਤੇ ਨਹੀਂ, ਪਿੱਛੇ ਲੱਗ ਕੇ, ਕੋਈ ਸਾਨੂੰ ਅਗਵਾਈ ਨਹੀਂ ਚਾਹੀਦੀ, ਪਿੱਛੇ ਲੱਗ ਕੇ ਮੈਂ ਕੰਮ ਕਰੂੰਗਾ। ਅਤੇ ਮੈਂ ਕਦੇ ਵੀ ਕੋਈ ਅਹੁਦਾ ਨਹੀਂ ਮੰਗੂੰਗਾ। ਅੱਜ ਮੈਂ ਕਹਿਣਾ ਕੋਈ ਸਰਕਾਰ ਦੇ ਵਿੱਚ ਕੋਈ ਪਾਰਟੀ ਦੇ ਵਿੱਚ ਅਹੁਦਾ ਨਹੀਂ ਮੰਗੂੰਗਾ, ਪਿੱਛੇ ਲੱਗ ਕੇ ਕਰੂੰਗਾ। ਜੇ ਸਾਡੀ ਉਹ ਗਲਤੀਆਂ ਦਾ, ਜੇ ਅਸੀਂ ਅੱਜ ਉਸ ਗੱਲ ਦੀ ਖਿਮਾ ਜਾਚਨਾ ਮੰਗਦੇ ਹਾਂ, ਜੇ ਸਾਨੂੰ ਇਸ ਤਰੀਕੇ ਦੇ ਨਾਲ ਵੀ ਸੰਗਤ ਮਾਫ਼ ਕਰ ਦੇ, ਮੈਂ ਸਮਝਦਾ ਬਹੁਤ ਵੱਡੀ ਸਾਡੀ ਹੋਏਗੀ। ਸੋ ਮੈਂ ਤੁਹਾਡੇ ਤੋਂ ਫਿਰ ਆਪਦੇ ਵੱਲੋਂ ਜਿੱਤੇ ਇਸ ਗੱਲ ਦੀ ਖਿਮਾ ਚਾਹੁੰਦਾ, ਪਰ ਮੈਂ ਕਰਦਾ ਵੀ ਅਸੀਂ ਆਪਦੀ ਇਸ ਲੜਾਈ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ। ਕੋ ਮਰਜ਼ੀ ਹੋ ਜੇ, ਕਾਫਲਾ ਜਿਹੜਾ ਚੱਲਿਆ ਇਸ ਕਾਫਲੇ ਨੂੰ ਅੱਗੇ ਤੋਰਾਂਗੇ। ਮੈਨੂੰ ਪੂਰਾ ਵਿਸ਼ਵਾਸ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ 'ਚ ਇਸ ਕਾਫਲੇ ਦੇ ਨਾਲ ਵਹੀਰਾਂ ਘੱਤ ਕੇ ਜੁੜਨਗੇ। ਅਤੇ ਇੱਕੋ ਹੀ ਜਿਹੜੀ ਹੈ ਆਖਿਰ ਦੇ ਵਿੱਚ, ਮੈਂ ਫਿਰ ਸਾਰਿਆਂ ਦਾ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ, ਅਤੇ ਇਹੀ ਸ਼ਬਦ ਦੇ ਨਾਲ ਤੁਹਾਡੇ ਤੋਂ ਆਗਿਆ ਮੰਗਦਾ। ਦੇਹ ਸ਼ਿਵਾ ਵਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਔਰ ਸੋ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैं माफी चाहना साडे कोल प्रबंधा क्योंकि जगह सीमित सी प्रबंधा की भी कमी रह गई सारे तुसी आए हो थोड़े इस चीज की भी थोड़े सारे तो मैं हाथ जोड़ के माफी चाहना वाहेगुरु जी का खालसा वाहेगुरु जी की फतेह ਜਿਹੜੇ ਬੰਦੇ ਖੜੇ ਨੇ ਸਾਰੇ ਉਹਨਾਂ ਕੋਲ ਜਾ ਕੇ ਉਹਨਾਂ ਦੀ ਸੰਗਤ ਖਲਾਓ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਯਾਰ ਥੱਲੇ ਜਾ ਕੇ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਪਰਮਿੰਦਰ ਸਿੰਘ ਜੀ ਢੀਂਡਸਾ ਉਹਨਾਂ ਮਹਾਨ ਆਗੂਆਂ ਦੇ ਜਿਹੜੇ ਸੰਗਤ ਲਈ ਬੈਠੇ ਨੇ ਸ਼੍ਰੋਮਣੀ ਕਮੇਟੀ ਖਾਤਰ ਉਹ ਜੰਜੀਰਾਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਆਜ਼ਾਦ ਕਰਾਉਣਗੇ ਉਹਨਾਂ ਨੂੰ ਸਰੋਪੇ ਦੇ ਕੇ ਯਾਦ ਕਰਾਉਣਗੇ ਬੋਲੇ ਸੋ ਨਿਹਾਲ ਮੇਰੀ ਬੇਨਤੀ ਹੈ ਸਰ ਸੇਵਾ ਸਿੰਘ ਜੀ ਸੇਖਵਾਂ ਬਹੁਤ ਪੁਰਾਣੇ ਅਕਾਲੀ ਆਗੂ ਨੇ ਇਹਨਾਂ ਦੇ ਬਜ਼ੁਰਗਾਂ ਨਾਲ ਉਜਾਗਰ ਸਿੰਘ ਸੇਖਵਾਂ ਨਾਲ ਵੀ ਅਸੀਂ ਕੰਮ ਕੀਤਾ ਆਪਣੇ ਜ਼ਿਲ੍ਹੇ ਵਿੱਚ ਆਉਂਦੇ ਰਹੇ ਨੇ ਉਹਨਾਂ ਅੱਗੇ ਬੇਨਤੀ ਹੈ ਉਹ ਆਉਣ ਆਪਣੇ ਵਿਚਾਰ ਰੱਖਣ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੇਵਾ ਸਿੰਘ ਜੀ ਸੇਖਵਾਂ बहुत ही सत्कारयोग स्टेज ते विराजमान सरदार सुखदेव सिंह जी ਢੀਂਡਸਾ साहब उन्हां दे नाल बैठे हुए सरदार रणजीत सिंह जी ब्रह्मपुरा साहब सरदार रविंदर सिंह जी सरदार बलवंत सिंह जी रामूवालिया साहब सरदार मनजीत सिंह जी जीके साहब ते स्टेज ते विराजमान ते पंडाल विच बैठे हुए मेरे वीरों भैनों नौजवानों बच्चों आओ सरबत संगत फतेह बुलाओ जी वाहेगुरु जी का खालसा वाहेगुरु जी की फतेह मेरे तो पहला बड़े अच्छे शब्दों में सरदार परमिंदर सिंह जी ਢੀਂਡਸਾ ਸੇਖਵਾਂ ਸਾਹਿਬ ਦੇ ਆਲੇ ਦੁਆਲੇ ਖੜੇ ਨੇ ਬੈਠਣ ਦੀ ਕਿਰਪਾਲਤਾ ਕਰਨ ਲੋਕ ਦੇਖਣਾ ਚਾਹੁੰਦੇ ਨੇ ਕੌਣ ਬੋਲ ਰਿਹਾ ਸਾਰੇ ਬੈਠਣ ਦੀ ਕਿਰਪਾਲਤਾ ਕਰਨ ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਮੈਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਢੀਂਡਸਾ ਪਰਿਵਾਰ ਨੂੰ ਵਧਾਈ ਦਿੰਦਾ के ਢੀਂਡਸਾ साहब जड़ी हुण पिरत नहीं रही हर साल आल इंडिया गुरुद्वारा आल इंडिया श्रोमणी अकाली दल की एक कॉन्फ्रेंस हुंदी थी लेकिन बादलों ने आण के वो बंद की है सारे हिंदुस्तान चों जेड़े पार्टी नाल संबंधित लोग उहदे विच शामिल हुंदे सन ते अखीरली कॉन्फ्रेंस जिहड़ी आ आल इंडिया कॉन्फ्रेंस लुधियाणा होई सी मैं भी उहदे विच शामिल होया सां ते अज मैं कह सकना कि जिड्डा वड्डा इकट्ठ लुधियाणे दी आल इंडिया कॉन्फ्रेंस विच होया सी अज कल्ले संगरूर चो तुसी ओडा वड्डा कर कट करके विखालता तुहानू वधाई देना बादलों कैमरे ला के वेख लो स्क्रीनिंग कर लो कि कोई कांग्रेसी तो नहीं आया ओए अज मैनू तो यह भी पता लगा के बरनाले तो भी लोगों नू नहीं किया गया इस स्टेज ते कह के गया मैं ਢੀਂਡਸਾ साहब नू आ दिता मैं ब्रह्मपुरा साहब नू आ दिता मैं सेखवा साहब नू आ दिता वो बादल परिवार तेरे मंगते हैं तेरे नालों केड़ी कुर्बानी काटिया वो तैनू पंज वरी इस सूबे का मुख्यमंत्री बनाने वाले कौन ने
आ लोग बैठे ने स्टेज ते जिन्ना तैनू पांच वारी मुख्यमंत्री बनाए सानू तू की दिता। मैं हर स्टेज ते गल कहना अज भी कहना कि साडे परिवारों की कुर्बानी है जेदी वजह करके असी सरकारां भी माणियां ने असी आनंद भी माणिया लेकिन साडे परिवारां कुर्बानियां भी कीतियां। मैं पिछली स्टेज ते भी कहा सी लिया सुखबीर अपने बाप का वही खाता ते सेवा सिंह भी लैके आउंदा जे बादल नालों मेरे बाप की जेल वध ना होवे मैं चराए च खड़ो के गोली खाण नूं तैयार हां। वो तेरे मंतियां तू सानू की दिता आ दुनिया तुहानू ते तुहानू देण वाला खालसा पंथ बैठा आ इन्हां लोकां दी रीस करदे हो। सरदार सुखदेव सिंह जी ढींसा राजसभा विच पार्टी दे राजसभा दे मैंबरां दे लीडर सरदार परमिंदर सिंह ढींसा असेंबली विच अकाली एमएलएआं दा लीडर सरदार रणजीत सिंह ब्रह्मपुरा लोक सभा विच जिहड़े लोक सभा दे अकाली दल दे मैंबर ने उहनां दे लीडर असां होर की लैणा सी साडे कोल सब कुछ सी लेकिन जे इन्हां लोकां ने त्याग कीता वो किस वजह करके कीता कि श्रोमणी अकाली दल मरन नहीं देना जो बादलों तुसी मारना चाहुंदे हो। असी श्री अकाल तख्त साहब का जो तुसा कांड कीता वो नहीं होण देना जो तुसी श्रोमणी गुरुद्वारा प्रबंधक कमेटी धर्म का जिन्हें कम करना सी राजनीति वास्ते अपने हिता वास्ते वरती है असा नहीं वरतन देनी। एक कारण ने जिन्हां दी वजह करके असी पार्टी तो इस्तीफे दिते हैं लेकिन एक गल मैं तुहानू कह दा कि अज तुसी कह रहे हो ढींसा साहब ने पेठी च छुरा मारिया अज सेखवा ने ते ब्रह्मपुरा ने पेठी च छुरा मारिया बादलो जे तुहाडे सोले गाइए ते असी पंथ दे हीरो ते जे असी तुहाडियां गलतियां दसीए ए कहिए कि असा कौम का नुकसान नहीं आउण देना तुसा बेड़ा गर्क करता श्रोमणी कमेटी का अकाल तख्त साहब की मर्यादा का सत्यानाश करता श्रोमणी अकाली दल नूं लीओ लाता ते फिर इन्हां दीआं गलतियां गणाईए फिर असी इन्हां दी पिठ च छुरा मारने आ जे तुहाडे गलत सोले गाई जाइए फिर असी बड़े चंगे हाँ फिर असी पंथ दर्दी हाँ। वीरो अज वक्त आ गया तगड़े होके ये संस्थावां आजाद कराउण वास्ते श्रोमणी गुरुद्वारा प्रबंधक कमेटी इन्हां माड़े हथां चों लैके चंगे हथां च देण वास्ते तगड़े होके ढींसा साहब का साथ दिओ। असी सारे उन्हां दे नाल आ उन्हां नाल मोढे नाल मोढा जोड़ के जिथे कुर्बानी देनी पई उथे कुर्बानी करन नूं भी तैयार हाँ। आई हुई संगत का धन्यवाद। वाहिगुरु जी का खालसा वाहिगुरु जी की फतेह। जिहड़े स्टेज दे आले दुआले खड़े उन्हां नूं बेनती हथ बन के भाई संगत इधरों बुलारे का मूंह देखना चाहूंगी प्लीज मेरी बेनती है सारे सज्जणां नूं कोई सारे मेरे आले दुआले पहलां तुसीं वापस हो जाओ सो मेरी हुण अगले बुलारियां अगे बेनती है भी टाइम घट है संगत बहुत देर दी बैठी है मेरी बेनती है सरदार वीर दविंदर सिंह साहब का डिप्टी स्पीकर आउण चंद मिनटां विच ही कुझे समिंदर बंद करन। सो मेरी बेनती है सरदार वीर दविंदर सिंह जी उन्हां तों बाद रामू वालिया साहब आउण।